ਗੁੱਚੀ ਅਰਮਾਨੀ ਦੂਰ ਦੀਆਂ ਗੱਲਾਂ। ਮੈਂ ਘੁੰਮਦਾ ਹੁੰਦਾ ਨੰਗਾ ਸੀ, ਮਾਰੀਓ ਕੌਂਟਰਾ ਖੇਡਦਾ ਹੁੰਦਾ। ਮੇਰਾ ਬਚਪਨ ਕਿੰਨਾ ਚੰਗਾ ਸੀ। ਇੱਕ ਮਿਲਿਆ ਵਕਤ ਨਗੀਨਾ, ਮੇਰਾ ਬਚਪਨ ਬੜਾ ਕਮੀਨਾ, ਕਿਉਂਕਿ ਮਿਲਣਾ ਹੁਣ ਕਬੀਨਾ, ਚਾਹੇ ਢੋਲ ਵਜਾ ਚਾਹੇ ਬੀਨਾ। ਚਲੋ ਯਾਦ ਕਰੋ ਅੱਜ ਉਹ ਨਿੱਕੇ ਨਿੱਕੇ ਹੱਥ ਨਾਲੇ ਨੋਜ਼ੀ ਵਾਲਾ ਨੱਚ, ਨਹੀਂ ਤਾਂ ਕਰ ਦੂੰਗਾ ਹੱਪ। ਦੱਸਾਂ ਬਚਪਨ ਕੀ ਹੁੰਦਾ ਸੀ, ਉਦੋਂ ਡੈਡੀ ਹੁੰਦਾ ਮੁੰਡਾ ਸੀ, ਅਮਰੀਸ਼ ਪੂਰੀ ਗੁੰਡਾ ਸੀ, ਬੁੜਿਆਂ ਦੇ ਹੱਥ ਵਿੱਚ ਗੁੰਡਾ ਸੀ, ਹਰ ਕੁੜੀ ਸਮਝਦੇ ਦੀਦੀ ਸੀ, ਘਰ ਆਪਣਾ ਹੀ ਉਦੋਂ ਪੀਜੀ ਸੀ, ਟੌਫੀ ਦਾ ਨਾਮ ਉਦੋਂ ਚੀਜੀ ਸੀ, ਅਸੀਂ ਵੇਲਪਣੇ ਵਿੱਚ ਬੀਜੀ ਸੀ। ਸਕੂਲ 'ਚ ਆਪਾਂ ਸਭ ਨੇ ਗੁੱਲ ਖਿਲਾਇਆ, ਬਲੈਕ ਬੋਰਡ ਉੱਤੇ ਮਿੱਕੀ ਮਾਊਸ ਬਣਾਇਆ, ਮਸ਼ਹੂਰ ਬਹਾਨਾ ਜੀ ਨੇ ਕਈ ਵਾਰੀ ਬਚਾਇਆ, ਮੈਡਮ ਕੰਮ ਤਾਂ ਕੀਤਾ ਸੀ ਕਾਪੀ ਘਰੇ ਭੁੱਲ ਆਇਆ। ਐਸੀ ਖਾਦੀ ਮਾਰ ਮੁੜ ਕੇ ਜ਼ਿੰਦਗੀ ਨਾ ਮਾਰ ਪਈ, PVR ਤੋਂ ਵੱਧ ਮਜ਼ਾ ਦਿੰਦਾ ਸੀ VCR ਬਈ, ਪਿਛਲੇ ਬੈਂਚ ਤੇ ਬਹਿ ਕੇ ਮਹਿਲ ਸੋਚਾਂ ਦੇ ਬਣਾਉਂਦਾ, ਹੋ ਜੇ ਗੁੰਡਿਆਂ ਦਾ ਅਟੈਕ ਹੀਰੋ ਬਣ ਕੇ ਬਚਾਉਂਦਾ, ਲੈ ਕੇ 10 ਵੱਟੇ ਦਾ ਸੀ ਉਦੋਂ DC ਵਾਲੀ ਫੀਲਿੰਗ ਆਉਂਦੀ, ਮੁੱਖ ਮੰਤਰੀ ਬਣ ਜਾਂਦਾ ਜਦੋਂ ਵੈਰੀ ਗੁੱਡ ਵੀ ਨਾਲ ਸੀ ਆਉਂਦੀ, ਦੇਖ ਕੇ ਕਿਰਲੀ ਰੋ ਪੈਂਦਾ ਤੇ ਦੇਖ ਕੇ ਤਿਤਲੀ ਹੱਸਦਾ ਸੀ, ਜੀ ਫੜਨ ਫੜੀਕਾ ਖੇਡਣ ਲੱਗੇ ਮਿਲਕੇ ਵਾਂਗੂ ਭੱਜਦਾ ਸੀ, ਰੱਬ ਹੁੰਦਾ ਸੀ ਥੱਲੇ ਪਹਿਲਾਂ ਇਹ ਗੱਲ ਸਭ ਨੂੰ ਦੱਸੀ ਸੀ, ਇੱਕ ਬੇਬੇ ਨੇ ਤਾਰਾ ਤੋੜ ਬੱਚੇ ਦੀ ਪੂੰਜਤੀ, ਚੜ ਗਿਆ ਰੱਬ ਬਾਈ ਨੂੰ ਗੁੱਸਾ, ਜਾਵੇ ਰੇਸਾਂ ਚੱਕੀ ਜੀ, ਸੁਣ ਬਾਬੇ ਦੀ ਆਵਾਜ਼ ਖੜ ਗਿਆ ਭੱਜੀ ਜੀ ਦੀ ਕੱਟੀ ਸੀ, ਜਿਹੜੇ ਲੁਕਣ ਮਚਾਈ ਚ ਲੱਭਦੇ ਸੀ ਹੁਣ ਲੁਕ ਗਏ ਕਿੱਥੇ ਲੱਭਦੇ ਨੀ, ਯਾਰਾਂ ਦੀ ਜੁਦਾਈ ਮਾਰੀ ਗਈ, ਬਚਪਨ ਤੋਂ ਜਵਾਨੀ ਹਾਰੀ ਗਈ, ਯਾਰਾਂ ਦੀ ਜੁਦਾਈ ਮਾਰੀ ਗਈ, ਬਚਪਨ ਤੋਂ ਜਵਾਨੀ ਹਾਰੀ ਗਈ। ਦਰਵਾਜ਼ੇ ਪਿੱਛੇ ਖੜ ਕੇ ਡਰਾਉਂਦੇ ਹੁੰਦੇ ਸੀ, ਤੇ ਬਾਹਾਂ ਸ਼ਰਟ 'ਚ ਪਾ ਕੇ ਲਕਾਉਂਦੇ ਹੁੰਦੇ ਸੀ, ਜੀ 8 ਇੱਟਾਂ ਨਾਲ ਗਲੀ ਵਿੱਚ ਬਣਦੀ ਵਿਕਟ, ਰੂਲ ਕੰਧ ਕੈਚ ਆਊਟ ਦਾ ਚਲਾਉਂਦੇ ਹੁੰਦੇ ਸੀ, ਕੱਪੜੇ ਹੁੰਦੇ ਸੀ ਮੈਲੇ, ਦਿਲ ਹੁੰਦਾ ਸੀ ਸਾਫ਼, ਤੇ ਹੁਣ ਦਿਲ ਹੋ ਗਿਆ ਮੈਲਾ ਪਰ ਕੱਪੜੇ ਹੋ ਗਏ ਨੇ ਸਾਫ਼, ਪਹਿਲਾਂ ਪੇਪਰ ਹੁੰਦੇ ਸਾਲ ਬਾਅਦ, ਹੁਣ ਰੋਜ਼ ਹੁੰਦੇ ਨੇ ਇਮਤਿਹਾਨ, ਉਦੋਂ ਪੇਪਰ ਸੀ ਜਵਾਕਾਂ ਵਾਲੇ, ਹੁਣ ਹੁੰਦੇ ਜਜ਼ਬਾਤਾਂ ਵਾਲੇ, 80-90 ਪੂਰੇ 100, ਹੁਣ ਕੱਲਾ ਬਹਿ ਕਮਰੇ ਵਿੱਚ ਰੋ, ਇਹ ਜ਼ਿੰਦਗੀ ਦਾ ਇਹ ਦਾਗਾ, ਕੋਈ ਨਾ ਚੋਰ ਨਿਕਲ ਕੇ ਭਾਗਾ, ਤੂੰ ਜਾ ਭੱਜ ਲੈ ਕਿੱਧਰ ਭੱਜੇਗਾ, ਜ਼ਿੰਦਗੀ ਦਾ ਹੱਸਣਾ ਨਹੀਂ ਛੱਡੇਗਾ, ਅੱਗੇ ਮੌਤ ਨਾਨੀ ਜੀ ਬੈਠੀ ਹੈ, ਦੇਖ ਜੂੜਾ ਕਰਕੇ ਬੈਠੀ ਹੈ, ਫੈਸ਼ਨ ਦਾ ਤਾਂ ਪਤਾ ਨਹੀਂ ਸੀ ਪਰ ਗੱਗੂ ਗਿੱਲ ਬਣ ਜੂਗਾ, ਲੀਰੋ ਲੀਰ ਪਤੰਗ ਹੁੰਦਾ ਸੀ ਪਰ ਲੱਗਦਾ ਸੀ ਉੱਡੂ, ਢਿੱਲੀ ਨਿਖਰ ਪਾਈ ਹੁੰਦੀ ਸੀ ਉਹ ਵੀ ਅੱਧੀ ਲਾਈ ਹੁੰਦੀ ਸੀ, ਚੀਰ ਸਾਈਡ ਤੇ ਹੁੰਦਾ ਉਦੋਂ ਗਲ ਵਿੱਚ ਲੱਗੀ ਟਾਈ ਹੁੰਦੀ ਸੀ, ਸਾਈਕਲ ਵਾਲਾ ਟਾਇਰ ਮੈਂ ਡੰਡੇ ਨਾ ਭਜਾਂਦਾ, ਜੇ ਜ਼ਿੰਦਗੀ ਵਾਈਸ ਸਿਟੀ ਹੁੰਦੀ ਹੈਲੀਕਾਪਟਰ ਤੇ ਕਾਲਜ ਜਾਂਦਾ, ਮੰਮੀ ਕਹੇ ਵੇ ਰੋਟੀ ਖਾ ਲੈ ਨਾ, ਜੇ ਕੋਈ ਕੱਢੇ ਗਾਲ ਤਾਂ ਕਰਦੇ ਹਾਂ, ਦੋਸਤਾਂ ਅੱਗੇ ਟੌਰ ਬਣਾਉਣੀ, ਸਾਈਕਲ ਇੱਕ ਚੰਗਾ ਲੈ ਕੇ ਦੋ, ਜੇ ਮੈਨੂੰ ਸਕੂਲ ਭੇਜਣਾ ਚਾਪਟ ਤੇ ਗੰਜਾ ਲੈ ਕੇ ਦੋ, ਪੈਨਸਲ ਤੋਂ ਪੈਨ ਪਹੁੰਚ ਗਿਆ, ਪੈਨਸਲ ਹੀ ਯਾਰੋ ਚੰਗੀ ਸੀ, ਮੈਥੋਂ ਅੱਜ ਤੱਕ ਨੀ ਮੋੜ ਹੋਈ ਜੋ ਪੈਨਸਲ ਉਸ ਤੋਂ ਮੰਗੀ ਸੀ, ਜੀ ਦੀਪ ਦੇ ਇਹ ਗੱਲ ਸੋਚੀ ਪਈ ਕਿ ਮਾਰਾਂ ਪੈਂਦੀਆਂ ਸੱਚੇ ਨੂੰ, ਪਰ ਬੱਚੇ ਦੀ ਤਾਂ ਬੱਚਿਆਂ ਵਾਲੀ ਸੋਚ ਬਚਾ ਗਈ ਬੱਚੇ ਨੂੰ, ਗੱਲ ਬੜੀ ਹੈ ਬੇਇੱਜ਼ਤੀ ਵਾਲੀ ਜੋ ਮੈਂ ਤੁਹਾਨੂੰ ਦੱਸਣ ਲੱਗਾ, ਅੱਗਾ ਪਿੱਛਾ ਦੇਖੀ ਜਾਵਾਂ ਅੰਦਰੋਂ ਅੰਦਰ ਹੀ ਹੱਸਣ ਲੱਗਾ, 4 ਸਾਲ ਦਾ ਬੱਚਾ ਆਈਫੋਨ ਆਪੇ ਖੋਲੀ ਜਾਂਦਾ ਸੀ, ਤੇ ਮੈਂ ਜਦੋਂ ਸੀ 4 ਸਾਲ ਦਾ ਸਾਲਾ ਮਿੱਟੀ ਖਾਂਦਾ ਸੀ, ਕਰਦਾ ਸੀ ਦਿਲ ਕੇ ਦੁਨੀਆਂ ਮੁੱਠੀ ਚ ਪੜ ਲਾਂ, ਬੇਬੇ ਦੀ ਕਹਾਣੀ ਬਾਲੀ ਪਰੀ ਸੈੱਟ ਕਰ ਲਾਂ, ਕਰ ਲਵਾਂ ਦਿਲ ਚੋਰੀ ਰਸਤਾ ਤਾਂ ਸਾਫ਼ ਹੈ, ਪਰ ਮੰਮੀ ਕਹਿੰਦੀ ਬੇਟਾ ਚੋਰੀ ਕਰਨਾ ਤਾਂ ਪਾਪ ਹੈ, ਗੱਲ ਮੈਨੂੰ ਇਹ ਲੱਗੀ ਮਾੜੀ, ਮੰਮੀ ਨੇ ਜੋ ਝੂਠ ਕਿਹਾ, ਚੋਰੀ ਕਰਨਾ ਪਾਪ ਹੈ ਬੇਟਾ, ਫੁੱਲ ਯਕੀਨ ਦਾ ਟੁੱਟ ਗਿਆ, ਵੱਡੇ ਹੋ ਕੇ ਪਤਾ ਲੱਗਾ ਪੈਸੇ ਨਾਲ ਮਹਿਕਾਂ ਖਿਲਦੀਆਂ ਨੇ, ਪਰ ਇਸ ਦੇਸ਼ ਵਿੱਚ ਚੋਰਾਂ ਨੂੰ ਇੱਜ਼ਤਾਂ ਤੇ ਕੁਰਸੀਆਂ ਮਿਲਦੀਆਂ ਨੇ, ਖਾਲੀ ਜੇਬ ਦੇ ਦਰਸ਼ਨ ਕਰ ਤਕਲੀਫ ਤਾਂ ਨਹੀਂ ਹੁੰਦੀ ਸੀ, ਉਦੋਂ ਕਿਸੇ ਨਾਲ ਵੀ ਪਿਆਰ ਹੋਣ ਦੀ ਸਪੀਡ ਇੰਨੀ ਹੁੰਦੀ ਸੀ ਕਿ ਸੀ ਸਮਝੇ ਚੰਗੀ ਜਵਾਨੀ ਆ, ਕਰ ਬੈਠੇ ਇਸ਼ਕ ਨਦਾਨੀ, ਹੁਣ ਤੇਰੀ ਜੁਦਾਈ ਮਾਰੀ ਗਈ, ਬਚਪਨ ਤੋਂ ਜਵਾਨੀ ਹਾਰੀ ਗਈ, ਹੁਣ ਤੇਰੀ ਜੁਦਾਈ ਮਾਰੀ ਗਈ, ਬਚਪਨ ਤੋਂ ਜਵਾਨੀ ਹਾਰੀ।